ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਦਿੱਲੀ ਦੇ ਅੰਦਰ ਜੋ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਿਆ ਗਿਆ ਹੈ, ਸਰਕਾਰੀ ਹਦਾਇਤਾਂ ਜਾਂ ਅਦਾਲਤ ਦੀ ਨਿਗਰਾਨੀ ਜਾਂ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਜੋ ਦਿੱਲੀ ਦੀ ਸਰਕਾਰ ਵੱਲੋਂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਿਆ ਗਿਆ, ਉਸ ਤੋਂ ਬਾਅਦ ਪੰਜਾਬ ਚੋਂ ਇਸ ਦਾ ਕਾਫੀ ਵਿਰੋਧ ਉੱਠਿਆ। ਨਾਲ ਦੀ ਨਾਲ ਰਾਜਨੀਤਿਕ ਪਾਰਟੀਆਂ ਜਿਨ੍ਹਾਂ 'ਚੋਂ ਅਕਾਲੀ ਪਾਰਟੀ ਅਤੇ ਕਾਂਗਰਸ ਪਾਰਟੀ ਆਪਣੇ ਵੱਲੋਂ ਕਾਫੀ ਰੋਸ ਜ਼ਾਹਰ ਕਰ ਚੁੱਕੇ ਹੈ ਅਤੇ ਇਸ ਦਾ ਵਿਰੋਧ ਕਰਦੇ ਹੈ। ਉਸ ਤੋਂ ਇਲਾਵਾ ਸਾਡੇ ਜਥੇਦਾਰ ਸਾਹਿਬ ਵੱਲੋਂ ਵੀ ਵਿਰੋਧ ਕੀਤਾ ਗਿਆ। ਰਾਜਨੀਤਿਕ ਪਾਰਟੀਆਂ ਨੇ ਜੋ ਕਰਨਾ ਉਹ ਕਰਦੇ ਰਹਿਣ। ਥੋੜ੍ਹਾ ਜਿਹਾ ਵਿਚਾਰ ਕਰਦੇ ਹਾਂ ਕਿ ਜੋ ਸਾਡੇ ਅਕਾਲ ਤਖਤ ਦੇ ਜੱਜ, ਅਕਾਲ ਤਖਤ ਦੇ ਜਥੇਦਾਰ ਸਾਹਿਬ ਜੋ ਰਹਿਤ ਮਰਿਆਦਾ ਦੇ ਸੰਬੰਧੀ ਜੱਜ ਨੇ, ਉਹਨਾਂ ਨੇ ਕੇਂਦਰ ਸਰਕਾਰ ਤੇ ਅਦਾਲਤਾਂ ਤੇ ਕਿਵੇਂ ਟਿੱਪਣੀ ਕੀਤੀ ਹੈ? ਸਰਕਾਰੀ ਤਖਤਾਂ ਦੇ ਜੱਜ ਬਨਾਮ ਅਕਾਲ ਤਖਤ ਦਾ ਜੱਜ, ਕੀ ਗੁਰਸਿੱਖਾਂ SGPC ਅਤੇ ਅਕਾਲ ਤਖਤ ਦੇ ਜਥੇਦਾਰ ਨੂੰ ਗੈਰ ਸਿੱਖ ਭਗਤਾਂ ਅਤੇ ਭੱਟਾਂ ਦੇ ਜਾਤੀਗਤ ਜਾਂ ਧਾਰਮਿਕ ਪੂਜਾ ਵਾਲੇ ਸਥਾਨਾਂ ਨਾਲ ਸਿੱਖ ਧਰਮ ਦਾ ਰਿਸ਼ਤਾ ਜੋੜਦਿਆਂ ਕੇਂਦਰ ਸਰਕਾਰ ਅਤੇ ਸਰਕਾਰੀ ਅਦਾਲਤਾਂ ਨਾਲ ਸਿੰਗ ਫਸਾ ਲੈਣੇ ਚਾਹੀਦੇ ਹਨ? ਜਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਲੀ ਸਰਕਾਰ ਵੱਲੋਂ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਰਵਿਦਾਸ ਜੀ ਦਾ ਮੰਦਿਰ ਤੋੜੇ ਜਾਣ ਤੋਂ ਮਗਰੋਂ ਪ੍ਰੈਸ ਨੋਟ ਰਾਹੀਂ ਮੰਦਿਰ ਤੋੜੇ ਜਾਣ ਨੂੰ ਦਲਿਤ ਅਤੇ ਦੱਬੇ ਕੁਚਲੇ ਭਾਰਤੀਆਂ ਪ੍ਰਤੀ ਵਿਤਕਰਾਪੂਰਨ ਰਵੱਈਏ ਵਾਂਗੂ ਅਨੁਭਵ ਕੀਤਾ ਹੈ। ਕੀ ਇਹਨਾਂ ਭਗਤਾਂ ਦੇ ਧਰਮ ਜਾਂ ਜਾਤ ਬਰਾਦਰੀ ਦਾ ਕੋਈ ਬੱਲਾਂ ਵਾਲਾ ਸੰਤ, ਪੰਡਿਤ, ਮੁਲਾਣਾ ਜਾਂ ਆਮ ਸ਼ਰਧਾਲੂ ਹੀ ਕਦੇ ਅਕਾਲ ਤਖਤ ਜਾਂ ਗੁਰਦੁਆਰਾ ਗਿਆਨ ਗੋਦੜੀ ਢਾਹੇ ਜਾਣ ਤੋਂ ਮਗਰੋਂ ਸਿੱਖ ਪੰਥ ਨਾਲ ਖੜਾ ਹੋਇਆ ਜਾਂ ਪਹਿਲਾਂ ਕਦੇ ਖੜਾ ਹੋਇਆ? ਕੀ ਰਾਧਾ ਸਵਾਮੀ, ਨੂਰ ਮਹਿਲੀਏ, ਸਿਰਸੇ ਵਾਲੇ, ਨਿਰੰਕਾਰੀ, ਭੰਡਿਆਰੇ ਵਾਲੇ ਆਦਿ ਬਹੁ ਗਿਣਤੀ ਦਲਿਤ ਲੋਕਾਂ ਵਾਲੇ ਕਿਸੇ ਹੋਰ ਧਾਰਮਿਕ ਮੁਖੀ ਜਾਂ ਉਹਨਾਂ ਦੇ ਮੁੱਖ ਦਫ਼ਤਰ ਵੱਲੋਂ ਸਰਕਾਰ ਅਤੇ ਅਦਾਲਤ ਦੀ ਹਿੰਦੂ ਮੰਦਿਰ ਤੋੜਨ ਬਾਰੇ ਸਿੱਖਾਂ ਦੇ ਜਥੇਦਾਰ ਵਾਂਗ ਆਲੋਚਨਾ ਕੀਤੀ ਗਈ ਹੈ? ਸ਼ਾਇਦ ਨਹੀਂ। ਅੱਜ ਜਦੋਂ ਧਰਮ ਦਾ ਅਕਾਲ ਤਖ਼ਤ ਹਿੰਦੂ ਰਵਿਦਾਸੀਆਂ ਦੇ ਨਾਲ ਖੜਾ ਹੈ ਤਾਂ ਦਲਿਤ ਅਤੇ ਖਾਸ ਕਰਕੇ ਬੱਲਾਂ ਵਾਲੇ ਗੈਰ ਸਿੱਖ ਗੁਰਸਿੱਖਾਂ ਵੱਲੋਂ ਸਦਾ ਹੀ ਗੁਰਸਿੱਖ ਰਵਿਦਾਸੀਆਂ ਨੂੰ ਸਿੱਖ ਪੰਥ ਨਾਲ ਤੋਂ ਤੋੜ ਡੇਰਾ ਬੱਲਾਂ ਨਾਲ ਜੋੜਨ ਲਈ ਸਿੱਖ ਧਰਮ ਵਿਰੁੱਧ ਪ੍ਰਚਾਰ ਕਿਉਂ ਕੀਤਾ ਜਾ ਰਿਹਾ ਹੈ? ਬੱਲਾਂ ਵਾਲਿਆਂ ਨੇ ਵਿਦੇਸ਼ਾਂ ਵਿੱਚ ਭਗਤ ਰਵਿਦਾਸ ਜੀ ਦੇ ਗੁਰਦੁਆਰਿਆਂ ਨੂੰ ਗੁਰੂ ਰਵਿਦਾਸ ਗੁਰਦੁਆਰੇ ਬਣਾਉਣ ਅਤੇ ਦਰਬਾਰ ਅੰਦਰ ਅੰਬੇਡਕਰ ਦੀਆਂ ਤਸਵੀਰਾਂ ਲਗਾਉਣ ਲਈ ਵੀ ਰਵਿਦਾਸੀਆਂ ਸਿੱਖਾਂ ਨਾਲ ਹੀ ਕਿਉਂ ਸਿੰਗ ਫਸਾਏ ਹੋਏ ਹਨ? ਕਿ ਨਿਮਨ ਘਟਨਾਵਾਂ ਸਮੇਂ ਸਿੱਖਾਂ ਨਾਲ ਕਦੇ ਕੋਈ ਦਿੱਲੀ ਦਾ ਰਵਿਦਾਸੀਆ ਵੀ ਹਾਲੇ ਤੱਕ ਖੜਾ ਹੋਇਆ ਹੈ? ਨੰਬਰ 1, ਕੀ ਦਿੱਲੀ ਕਤਲਾਮ ਸਮੇਂ ਗੁਰੂ ਰਵਿਦਾਸ ਜੀ ਦਾ ਕੋਈ ਹਿੰਦੂ ਚੇਲਾ ਕਦੇ ਸਿੱਖਾਂ ਨੂੰ ਕਾਤਲਾਂ ਕੋਲੋਂ ਬਚਾਉਣ, ਉਹਨਾਂ ਦੇ ਸਮਾਨ ਦੀ ਲੁਟੇਰਿਆਂ ਪਾਸੋਂ ਜਾਂ ਗੁਰਦੁਆਰਿਆਂ ਦੀ ਪਾਗਲ ਲੋਕਾਂ ਪਾਸੋਂ ਸੁਰੱਖਿਆ ਲਈ ਅੱਗੇ ਆਇਆ? ਕੌਣ ਹਨ
ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਨੇ ਕਤਲੇਆਮ ਦੌਰਾਨ ਗਰੀਬ ਸਿੱਖਾਂ ਨੂੰ ਕੁੱਟਿਆ, ਲੁੱਟਿਆ ਅਤੇ ਕਤਲਾਮ ਵੀ ਕੀਤਾ। ਨੰਬਰ 2, ਕੀ ਗੁਰਦੁਆਰਾ ਸੀਸਗੰਜ ਸਾਹਿਬ ਦੇ ਤੋੜੇ ਪਿਆਓ ਦੇ ਨਿਰਮਾਣ ਸਮੇਂ ਕੋਈ ਹਿੰਦੂ ਰਵਿਦਾਸ ਜਾਂ ਸਿੱਖਾਂ ਦੀ ਮਦਦ ਲਈ ਆਇਆ? ਕੀ ਕਾਰਨ ਹੈ ਬਹੁਗਿਣਤੀ ਦਲਿਤਾਂ ਵਾਲੇ ਹੋਰ ਉੱਚ ਧਰਮੀ ਲੋਕਾਂ ਵੱਲੋਂ ਆਪਣੇ ਆਪਣੇ ਈਸਾਈ ਧਰਮ ਦੇ ਵੈਟੀਕਨ ਸਿਟੀ, ਰਾਧਾ ਸੁਆਮੀਆਂ ਦੇ ਬਿਆਸ, ਝੂਠਾ ਸੌਦਾ ਦੇ ਸਿਰਸਾਦ ਮੁੱਖ ਦਫ਼ਤਰਾਂ ਤੋਂ ਰਵਿਦਾਸ ਜੀ ਦਾ ਹਿੰਦੂ ਮੰਦਿਰ ਤੋੜਨ ਵਿਰੁੱਧ ਕੋਈ ਪ੍ਰੈਸ ਨੋਟ ਜਾਰੀ ਕਿਉਂ ਨਹੀਂ ਕੀਤਾ ਗਿਆ? ਕੀ ਸਿੱਖ ਧਰਮ ਦੇ ਅਕਾਲ ਤਖ਼ਤ ਨੂੰ ਭਗਤ ਫਰੀਦ ਅਤੇ ਕਬੀਰ ਜੀ ਨਾਲ ਆਪਣੇ ਅਟੁੱਟ ਰਿਸ਼ਤੇ ਕਾਰਨ ਹਜ਼ਰਤ ਬਲ ਅਤੇ ਬਾਬਰੀ ਮਸਜਿਦ ਨਿਰਮਾਣ ਕਰਵਾਉਣ ਵਾਲਿਆਂ ਨਾਲ ਅਤੇ ਹਿੰਦੂ ਭਗਤਾਂ ਦੇ ਰਿਸ਼ਤੇ ਕਾਰਨ ਰਾਮ ਮੰਦਿਰ ਨਿਰਮਾਣ ਕਰਵਾਉਣ ਵਾਲਿਆਂ ਨਾਲ ਅਤੇ ਹੁਣ ਭਗਤ ਰਵਿਦਾਸ ਜੀ ਕਾਰਨ ਮੰਦਿਰ ਗੁਰੂ ਰਵਿਦਾਸ ਦੇ ਪੁੰਦਰ ਨਿਰਮਾਣ ਕਰਵਾਉਣ ਵਾਲਿਆਂ ਨਾਲ ਜੁੜ ਜੁੜ ਕੇ ਸਰਕਾਰ ਅਤੇ ਅਦਾਲਤਾਂ ਦੀਆਂ ਅੱਖਾਂ ਵਿੱਚ ਰੜਕਾਂ ਮਾਰਦੇ ਰਹਿਣਾ ਚਾਹੀਦਾ ਹੈ? ਸਾਨੂੰ ਸੋਚਣਾ ਹੋਵੇਗਾ। ਪਹਿਲਾਂ ਅਸੀਂ ਸਿਰਸੇ ਵਾਲਿਆਂ ਨੂੰ ਮਾਫੀਆਂ ਦੇ ਕੇ ਜਾਂ ਜੋ ਉਸ ਤੋਂ ਬਾਅਦ ਘਟਨਾਵਾਂ ਵਾਪਰੀਆਂ ਨੇ, ਕਿੱਥੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋ ਚੁੱਕਾ ਹੈ? ਜੇ ਇਹੋ ਜਿਹੇ ਅਸੀਂ ਚੱਕਰਾਂ 'ਚ ਪਵਾਂਗੇ ਤਾਂ ਕੀ ਸਾਡੇ ਵਾਸਤੇ ਚੰਗਾ ਹੋਵੇਗਾ? ਵਿਚਾਰ ਹੁਣ ਸਾਂਝੇ ਕਰਿਓ, ਦੱਸੋ ਕਿ ਕੀ ਸਾਡਾ ਅੰਬੇਦਕਰੀਆਂ ਤੇ ਬੱਲਾਂ ਵਾਲਿਆਂ ਨਾਲ ਜਿਹੜੇ ਟੋਟਲੀ ਹਿੰਦੂ ਵਿਚਾਰਧਾਰਾ ਤੇ ਚੱਲਦੇ ਆ ਚੱਲਦੇ ਨੇ, ਉਹਨਾਂ ਦੇ ਨਾਲ ਸਾਡਾ ਕੋਈ ਰਿਸ਼ਤਾ ਹੈਗਾ? ਅੰਬੇਦਕਰ ਕਹਿੰਦੇ ਆ ਕਿ ਅਕਾਲ ਤਖ਼ਤ ਤੇ ਆਇਆ ਸੀ, 1 ਕਰੋੜ ਬੰਦਿਆਂ ਨੂੰ ਲੈ ਕੇ ਆਇਆ ਸੀ ਨਾਲ ਕਿ ਮੈਂ ਸਿੱਖ ਬਣਾ ਦਿੰਦਾ, ਫਿਰ ਉਸ ਤੋਂ ਬਾਅਦ ਬੋਧੀ ਬਣ ਗਿਆ। ਸਾਡੇ ਨਾਲ ਤਾਂ ਕੋਈ ਰਿਸ਼ਤਾ ਹੀ ਨਹੀਂ ਉਹਦਾ, ਤੇ ਬੱਲਾਂ ਵਾਲਿਆਂ ਨਾਲ ਸਾਡਾ ਕੀ ਰਿਸ਼ਤਾ ਹੈ? ਸਿੱਖ ਧਰਮ ਦਾ ਕੋਈ ਰਿਸ਼ਤਾ ਨਹੀਂ। ਫਿਰ ਸਰਕਾਰ ਦੇ ਨਾਲ ਸਾਡਾ ਰਿਸ਼ਤਾ ਹੈਗਾ ਹੈ, ਦਿੱਲੀ ਸਰਕਾਰ ਨਾਲ ਵੀ ਹੈਗਾ, ਅਦਾਲਤਾਂ ਦੇ ਨਾਲ ਵੀ ਹੈਗਾ। ਜਿਨ੍ਹਾਂ ਦੇ ਨਾਲ ਸਾਡਾ ਰਿਸ਼ਤਾ ਹੀ ਨਹੀਂ ਹੈਗਾ, ਉਹਨਾਂ ਦੇ ਲਈ ਅਸੀਂ ਸਰਕਾਰਾਂ ਦੇ ਨਾਲ ਪੰਗੇ ਲਈਏ ਤੇ ਅਦਾਲਤਾਂ ਦੇ ਨਾਲ ਪੰਗੇ ਲਈਏ, ਮੇਰੀ ਸਮਝ ਤੋਂ ਬਾਹਰ ਹੈ। ਕੋਈ ਵਿਚਾਰ ਹੋਣ ਤਾਂ ਸ਼ੇਅਰ ਕਰਿਓ, ਬੜੀ ਮਿਹਰਬਾਨੀ, ਆਗਿਆ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।